ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਚੂਹਿਆਂ ਦਾ ਆਤੰਕ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਯਾਤਰੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ, ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਇੱਕ ਲੌਜ ਦੇ ਵਿੱਚ ਬੈਠਾ ਸੀ ਤਾਂ ਉੱਥੇ ਜਦੋਂ ਨਾਸ਼ਤਾ ਕਰਨ ਲੱਗਿਆ ਤਾਂ ਕੁਝ ਚੂਹੇ ਕੁਰਸੀਆਂ ਦੇ ਉੱਤੇ ਟੱਪਦੇ ਨਜ਼ਰ ਆਏ ਨੇ, ਜਿਸ ਦੇ ਕਾਰਨ ਲੋਕਾਂ ਦੀ ਸਿਹਤ ਨੂੰ ਵੀ ਹੁਣ ਖਤਰਾ ਪੈਦਾ ਹੋ ਗਿਆ। ਤਾਂ ਦੱਸ ਦਈਏ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇੱਕ ਸ਼ਖਸ ਜੋ ਕਿ ਅੰਮ੍ਰਿਤਸਰ ਤੋਂ ਲਖਨਊ ਜਾ ਰਿਹਾ ਸੀ, ਉਸਦੇ ਵੱਲੋਂ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਅਤੇ ਉਸਦਾ ਕਹਿਣਾ ਕਿ ਜਦੋਂ ਲੋਜ ਦੇ ਵਿੱਚ ਬੈਠਾ ਸੀ ਨਾਸ਼ਤਾ ਕਰਨ ਦੇ ਲਈ ਤਾਂ ਉੱਥੇ ਪਹਿਲਾਂ ਤਾਂ ਇੱਕ ਚੂਹਾ ਦਿਖਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਈ ਚੂਹੇ ਜ਼ਮੀਨ ਦੇ ਉੱਤੇ ਘੁੰਮਦੇ ਦਿਖੇ ਨੇ ਅਤੇ ਇਸਦੀ ਵੀਡੀਓ ਵੀ ਹੁਣ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਹੈ ਅਤੇ ਨਾਲ ਹੀ ਏਅਰਪੋਰਟ ਅਥਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਚੂਹਿਆਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਲੋਕਾਂ ਦੀ ਸਿਹਤ ਵੀ ਇਸਦੇ ਨਾਲ ਖਰਾਬ ਹੋ ਸਕਦੀ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਹੈ ਉਹ ਇੱਕ ਵਾਰ ਮੁੜ ਤੋਂ ਸੁਰੱਖਿਆ ਦੇ ਵਿੱਚ ਆਇਆ। ਦੱਸ ਦਈਏ ਕਿ ਚੂਹਿਆਂ ਦਾ ਆਤੰਕ ਉਸਦੇ ਵਿੱਚ ਦੇਖਿਆ ਗਿਆ। ਇੱਕ ਲੋਜ ਦੇ ਵਿੱਚ ਜਦੋਂ ਇੱਕ ਯਾਤਰੀ ਬੈਠ ਕੇ ਨਾਸ਼ਤਾ ਕਰ ਰਿਹਾ ਸੀ ਤਾਂ ਉਸਦੇ ਵੱਲੋਂ ਇਹ ਵੀਡੀਓ ਬਣਾ ਕੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਸ ਸ਼ਖਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਖੁਦ ਹੀ ਸੁਣ ਲਓ। ਹੈਲੋ ਐਵਰੀਵਨ, ਮੇਰਾ ਨਾਮ ਕੁਨਾਲ ਸ਼ਰਮਾ ਅਤੇ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟਰੈਵਲ ਕਰਨਾ ਸੀ, ਜਿਸ ਲਈ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਅਤੇ ਇੱਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਊਂਜ ਵਿੱਚ ਵਿਜ਼ਿਟ ਕਰਿਆ ਤਾਂ ਮੈਂ ਇਹ ਦੇਖਿਆ ਕਿ ਉੱਧਰ ਇੱਕ ਮਾਊਸ ਘੁੰਮ ਰਿਹਾ ਸਾਰੀ ਟੇਬਲਸ ਅਤੇ ਚੇਅਰ ਦੇ ਉੱਤੇ ਅਤੇ ਮੇਰਾ ਕੰਸਰਨ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਹਰਕਤ ਅਗਰ ਇੰਟਰਨੈਸ਼ਨਲ ਲੈਵਲ ਦੇ ਏਅਰਪੋਰਟ 'ਤੇ ਹੁੰਦੀ ਹੈ ਤਾਂ ਜੋ ਪਬਲਿਕ ਅਤੇ ਪੈਸੈਂਜਰ ਦੀ ਜੋ ਹੈਲਥ ਹੈ ਸਾਰੇ ਉਹਦੇ ਲਈ ਕੌਣ ਰਿਸਪੋਂਸੀਬਲ ਹੋਏਗਾ ਅਗਰ ਕਿਸੇ ਨੂੰ ਵੀ ਕੰਟੈਮੀਨੇਸ਼ਨ ਦੀ ਵਜ੍ਹਾ ਤੋਂ ਕੁਛ ਵੀ ਹੈਲਥ ਹਜ਼ਾਰਡ ਹੁੰਦਾ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਚੂਹਿਆਂ ਦਾ ਆਤੰਕ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਯਾਤਰੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ, ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਇੱਕ ਲੌਜ ਦੇ ਵਿੱਚ ਬੈਠਾ ਸੀ ਤਾਂ ਉੱਥੇ ਜਦੋਂ ਨਾਸ਼ਤਾ ਕਰਨ ਲੱਗਿਆ ਤਾਂ ਕੁਝ ਚੂਹੇ ਕੁਰਸੀਆਂ ਦੇ ਉੱਤੇ ਟੱਪਦੇ ਨਜ਼ਰ ਆਏ ਨੇ, ਜਿਸ ਦੇ ਕਾਰਨ ਲੋਕਾਂ ਦੀ ਸਿਹਤ ਨੂੰ ਵੀ ਹੁਣ ਖਤਰਾ ਪੈਦਾ ਹੋ ਗਿਆ। ਤਾਂ ਦੱਸ ਦਈਏ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇੱਕ ਸ਼ਖਸ ਜੋ ਕਿ ਅੰਮ੍ਰਿਤਸਰ ਤੋਂ ਲਖਨਊ ਜਾ ਰਿਹਾ ਸੀ, ਉਸਦੇ ਵੱਲੋਂ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਅਤੇ ਉਸਦਾ ਕਹਿਣਾ ਕਿ ਜਦੋਂ ਲੋਜ ਦੇ ਵਿੱਚ ਬੈਠਾ ਸੀ ਨਾਸ਼ਤਾ ਕਰਨ ਦੇ ਲਈ ਤਾਂ ਉੱਥੇ ਪਹਿਲਾਂ ਤਾਂ ਇੱਕ ਚੂਹਾ ਦਿਖਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਈ ਚੂਹੇ ਜ਼ਮੀਨ ਦੇ ਉੱਤੇ ਘੁੰਮਦੇ ਦਿਖੇ ਨੇ ਅਤੇ ਇਸਦੀ ਵੀਡੀਓ ਵੀ ਹੁਣ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਹੈ ਅਤੇ ਨਾਲ ਹੀ ਏਅਰਪੋਰਟ ਅਥਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਚੂਹਿਆਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਲੋਕਾਂ ਦੀ ਸਿਹਤ ਵੀ ਇਸਦੇ ਨਾਲ ਖਰਾਬ ਹੋ ਸਕਦੀ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਹੈ ਉਹ ਇੱਕ ਵਾਰ ਮੁੜ ਤੋਂ ਸੁਰੱਖਿਆ ਦੇ ਵਿੱਚ ਆਇਆ। ਦੱਸ ਦਈਏ ਕਿ ਚੂਹਿਆਂ ਦਾ ਆਤੰਕ ਉਸਦੇ ਵਿੱਚ ਦੇਖਿਆ ਗਿਆ। ਇੱਕ ਲੋਜ ਦੇ ਵਿੱਚ ਜਦੋਂ ਇੱਕ ਯਾਤਰੀ ਬੈਠ ਕੇ ਨਾਸ਼ਤਾ ਕਰ ਰਿਹਾ ਸੀ ਤਾਂ ਉਸਦੇ ਵੱਲੋਂ ਇਹ ਵੀਡੀਓ ਬਣਾ ਕੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਸ ਸ਼ਖਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਖੁਦ ਹੀ ਸੁਣ ਲਓ। ਹੈਲੋ ਐਵਰੀਵਨ, ਮੇਰਾ ਨਾਮ ਕੁਨਾਲ ਸ਼ਰਮਾ ਅਤੇ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟਰੈਵਲ ਕਰਨਾ ਸੀ, ਜਿਸ ਲਈ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਅਤੇ ਇੱਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਊਂਜ ਵਿੱਚ ਵਿਜ਼ਿਟ ਕਰਿਆ ਤਾਂ ਮੈਂ ਇਹ ਦੇਖਿਆ ਕਿ ਉੱਧਰ ਇੱਕ ਮਾਊਸ ਘੁੰਮ ਰਿਹਾ ਸਾਰੀ ਟੇਬਲਸ ਅਤੇ ਚੇਅਰ ਦੇ ਉੱਤੇ ਅਤੇ ਮੇਰਾ ਕੰਸਰਨ ਇਹ ਹੈ ਕਿ
ਜੇ ਇਸ ਤਰ੍ਹਾਂ ਦੀ ਹਰਕਤ ਅਗਰ ਇੰਟਰਨੈਸ਼ਨਲ ਲੈਵਲ ਦੇ ਏਅਰਪੋਰਟ 'ਤੇ ਹੁੰਦੀ ਹੈ ਤਾਂ ਜੋ ਪਬਲਿਕ ਅਤੇ ਪੈਸੈਂਜਰ ਦੀ ਜੋ ਹੈਲਥ ਹੈ ਸਾਰੇ ਉਹਦੇ ਲਈ ਕੌਣ ਰਿਸਪੋਂਸੀਬਲ ਹੋਏਗਾ ਅਗਰ ਕਿਸੇ ਨੂੰ ਵੀ ਕੰਟੈਮੀਨੇਸ਼ਨ ਦੀ ਵਜ੍ਹਾ ਤੋਂ ਕੁਛ ਵੀ ਹੈਲਥ ਹਜ਼ਾਰਡ ਹੁੰਦਾ।